ਵੇਖੋ ਆਟੋ ਚਾਲਕ ਦੀ ਗੁੰਡਾਗਰਦੀ, ਮਾਮੂਲੀ ਟੱਕਰ ਤੋਂ ਬਾਅਦ ਸਕੂਟੀ ਸਵਾਰ ਦੇ ਮਾਰੇ ਥੱਪੜ, ਲੋਕਾਂ ਨੇ ਮੌਕੇ ਤੇ ਬਣਾ ਲਈ ਵੀਡੀਓ। ਦੱਸ ਦੇ ਕਿ ਆਟੋ ਚਾਲਕ ਨੇ ਸ਼ਰੇਆਮ ਐਕਟਿਵਾ ਸਵਾਰ ਦੇ ਥੱਪੜ ਮਾਰੇ ਨੇ ਤੇ ਐਕਟਿਵਾ ਤੇ ਆਟੋ ਦੀ ਇੱਕ ਮਾਮੂਲੀ ਟੱਕਰ ਹੋਈ ਸੀ, ਜਿਸ ਤੋਂ ਬਾਅਦ ਆਟੋ ਚਾਲਕ ਗੁੰਡਾਗਰਦੀ ਦਿਖਾਉਂਦਾ ਹੋਇਆ ਐਕਟਿਵਾ ਸਵਾਰ ਨੌਜਵਾਨ ਨਾਲ ਬਹਿਸਣ ਲੱਗ ਜਾਂਦਾ ਹੈ, ਫਿਰ ਉਹ ਉਸ ਨੌਜਵਾਨ ਦੇ ਥੱਪੜ ਤੱਕ ਚੜ ਦਿੰਦਾ ਹੈ। ਦੱਸ ਦੇ ਕਿ ਮਾਮਲਾ ਲੁਧਿਆਣੇ ਦਾ, ਜਿੱਥੇ ਇੱਕ ਐਕਟਿਵਾ ਦੀ ਆਟੋ ਦੇ ਨਾਲ ਮਾਮੂਲੀ ਟੱਕਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਆਟੋ ਚਾਲਕ ਗੁੰਡਾਗਰਦੀ ਤੇ ਉੱਤਰ ਆਉਂਦਾ ਹੈ ਤੇ ਉਸਨੇ ਐਕਟਿਵਾ ਸਵਾਰ ਵਿਅਕਤੀ ਦੇ ਚਪੇੜਾਂ ਛੱਡ ਦਿੱਤੀਆਂ। ਵੀਡੀਓ ਨਾਲ ਸਾਫ਼ ਤਰੀਕੇ ਨਾਲ ਦਿਖ ਰਿਹਾ ਕਿ ਮਾਮੂਲੀ ਟੱਕਰ ਤੋਂ ਬਾਅਦ ਆਟੋ ਚਾਲਕ ਤੇ ਐਕਟਿਵਾ ਸਵਾਰ ਵਿਅਕਤੀ ਦੀ ਆਪਸ ਦੇ ਵਿੱਚ ਬਹਿਸ ਚੱਲ ਰਹੀ ਹੈ, ਜਿਸ ਤੋਂ ਬਾਅਦ ਆਟੋ ਚਾਲਕ ਤੈਸ਼ ਦੇ ਵਿੱਚ ਆ ਕੇ ਐਕਟਿਵਾ ਦੀ ਚਾਬੀ ਕੱਢ ਲੈਂਦਾ ਹੈ ਤੇ ਐਕਟਿਵਾ ਸਵਾਰ ਵਿਅਕਤੀ ਦੇ ਚਪੇੜਾ ਮਾਰਨ ਲੱਗ ਜਾਂਦਾ ਹੈ। ਉੱਥੇ ਮੌਜੂਦ ਲੋਕਾਂ ਨੇ ਇਹਨਾਂ ਦੋਨਾਂ ਨੂੰ ਛੁਡਵਾਇਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਿੱਚੋਂ ਕਿਸੇ ਨੇ ਵੀ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਤੇ ਮੌਕੇ ਤੇ ਖੜੇ ਵਿਅਕਤੀਆਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਤਾਂ ਦੱਸ ਦਈਏ ਕਿ ਇੱਕ ਮਾਮੂਲੀ ਟੱਕਰ ਹੁੰਦੀ ਹੈ ਆਟੋ ਅਤੇ ਐਕਟਿਵਾ ਦੇ ਵਿੱਚ, ਜਿਸ ਤੋਂ ਬਾਅਦ ਆਟੋ ਚਾਲਕ ਐਕਟਿਵਾ ਸਵਾਰ ਨੌਜਵਾਨ ਨਾਲ ਬਹਿਸਣ ਲੱਗ ਜਾਂਦਾ ਹੈ ਤੇ ਹੱਥੋਂ ਪਾਈ ਹੋ ਜਾਂਦੇ ਆ ਦੋਨੇ ਤੇ ਐਕਟਿਵਾ ਤੇ ਸਵਾਰ ਨੌਜਵਾਨ ਤੇ ਆਟੋ ਚਾਲਕ ਥੱਪੜ ਚੜ ਦਿੰਦਾ, ਜਿਸ ਤੋਂ ਬਾਅਦ ਇਸ ਦੀ ਵੀਡੀਓ ਲੋਕਾਂ ਵੱਲੋਂ ਬਣਾ ਲਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਪਰ ਫਿਲਹਾਲ ਇਸ ਮਾਮਲੇ ਸੰਬੰਧੀ ਕਿਸੇ ਵੱਲੋਂ ਵੀ ਪੁਲਿਸ ਕੋਲ ਕੋਈ ਵੀ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਹੈ। ਅੱਛਾ ਅੱਜ ਆਟੇ ਬਾਰੇ ਕੋਈ ਗੱਲ ਨਹੀਂ, ਅੱਛਾ ਵਿਆਹ ਕਰਾ ਜੋ ਗੋਪੀ ਚੱਲ।